ਜਦੋਂ ਵੀਡੀਓ ਬਣਾਉਣ ਲੱਗੋ ਤਾਂ ਇਹਨੇ ਸਭ ਤੋਂ ਪਹਿਲਾਂ ਕੋਲ ਆਉਣਾ ਹੁੰਦਾ ਕਿ ਸ਼ਾਇਦ ਮੇਰੀ ਵੀਡੀਓ ਬਣ ਲੱਗੀ ਹੈ। ਆਹ ਦੇਖੋ ਕਿੰਨਾ ਐਕਸਾਈਟਿਡ ਹੈ ਆਪਣੀ ਵੀਡੀਓ ਬਣਾਉਣ ਵਾਸਤੇ। ਇਸ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ। ਇਹ ਜੋ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ ਇਹ ਹਨ ਉਹ ਛੋਟੀਆਂ ਛੋਟੀਆਂ ਪੈਨਸਲਾਂ ਜੋ ਬੱਚੇ ਅਕਸਰ ਸਕੂਲਾਂ ਵਿੱਚ ਵਰਤ ਕੇ ਉਹਨਾਂ ਨੂੰ ਸੁੱਟ ਦਿੰਦੇ ਨੇ। ਪਰ ਅੱਜ ਅਸੀਂ ਉਹਨਾਂ ਪੈਨਸਲਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੇ ਕਿ ਇੱਕ ਬੱਚਿਆਂ ਨੂੰ ਵੀ ਗਾਰਡਨਿੰਗ ਵਾਲੇ ਪਾਸੇ ਬਹੁਤ ਹੀ ਉਤਸ਼ਾਹਿਤ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਗਗਨਦੀਪ ਸਿੰਘ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਦੇ ਉੱਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਪ੍ਰੋਡਕਟ ਦੇ ਬਾਰੇ ਜਿਹੜਾ ਕਿ ਬੱਚਿਆਂ ਨੂੰ ਹਰਿਆਲੀ ਦੇ ਨਾਲ ਬੱਚਿਆਂ ਨੂੰ ਬੂਟੇ ਉਗਾਉਣ ਦੇ ਲਈ ਬਹੁਤ ਹੀ ਉਤਸ਼ਾਹਿਤ ਕਰ ਰਿਹਾ। ਬੱਚੇ ਅਕਸਰ ਕੀ ਕਰਦੇ ਨੇ ਜਦੋਂ ਵੀ ਸਕੂਲਾਂ ਦੇ ਵਿੱਚ ਆਪਣਾ ਕੰਮ ਕਰਦੇ ਨੇ, ਸਕੂਲ ਦਾ ਕੰਮ ਕਰਦੇ ਨੇ, ਘਰ ਦਾ ਕੰਮ ਕਰਦੇ ਨੇ, ਤਾਂ ਅਕਸਰ ਇੰਨੀਆਂ ਜਦੋਂ ਛੋਟੀਆਂ ਛੋਟੀਆਂ ਪੈਨਸਲਾਂ ਰਹਿ ਜਾਂਦੀਆਂ ਨੇ ਤਾਂ ਇਹਨਾਂ ਨੂੰ ਕੀ ਕਰਦੇ ਨੇ ਉਹ ਡਸਟਬਿਨ 'ਚ ਸੁੱਟ ਦਿੰਦੇ ਨੇ। ਪਰ ਅੱਜ ਅਸੀਂ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਅਸੀਂ ਬਾਗਬਾਨੀ ਵੱਲ, ਅਸੀਂ ਬੂਟੇ ਉਗਾਉਣ ਵਾਲੇ ਪਾਸੇ, ਅਸੀਂ ਉਹਨਾਂ ਨੂੰ ਵੀ ਐਨਵਾਇਰਮੈਂਟ ਫਰੈਂਡਲੀ ਬਣਾ ਸਕਦੇ ਹਾਂ। ਤਾਂ ਉਹ ਐਨਵਾਇਰਮੈਂਟ ਫਰੈਂਡਲੀ ਕਿਵੇਂ ਬਣਾ ਸਕਦੇ ਹਾਂ? ਜੀ ਹਾਂ, ਉਸ ਦੇ ਬਾਰੇ ਹੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ। ਹਾਂਜੀ, ਤੁਹਾਡੇ ਕੋਲ ਨੇ ਬਹੁਤ ਵਧੀਆ ਇਹ ਪੈਨਸਲਾਂ। ਤੁਸੀਂ ਸੁਣ ਕੇ ਸ਼ਾਇਦ ਹੈਰਾਨ ਹੋਵੋਗੇ ਕਿ ਪੈਨਸਲਾਂ ਬੱਚਿਆਂ ਦੇ ਲਈ ਇਹ ਬਾਗਬਾਨੀ ਦੇ ਲਈ ਉਤਸ਼ਾਹਿਤ ਕਰਨ ਦਾ ਕਾਰਨ ਕਿਵੇਂ ਹੋ ਸਕਦਾ ਹੈ, ਜਾਂ ਬੱਚੇ ਪੈਨਸਲਾਂ ਦੇ ਕੰਮ ਕਰਨ ਵਾਸਤੇ ਵਰਤੇ ਨੇ, ਆਪਣਾ ਘਰ ਦਾ ਕੰਮ, ਸਕੂਲ ਦਾ ਕੰਮ, ਇਹ ਕੰਮ ਕਰਨ ਲਈ ਪੈਨਸਲਾਂ ਵਰਤੇ ਨੇ, ਪਰ ਬੂਟੇ ਉਗਾਉਣ ਦੇ ਲਈ ਪੈਨਸਲਾਂ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ? ਜੀ ਹਾਂ, ਜ਼ਰੂਰ ਲੈਣਾ ਦੇਣਾ ਹੈ ਜੀ। ਇਹ ਲੈਣਾ ਦੇਣਾ ਕਿਵੇਂ ਹੈ? ਜਿਹੜੀ ਅਸੀਂ ਪੈਨਸਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਇਸ ਪੈਨਸਲ ਦੇ ਉੱਤੇ ਜਦੋਂ ਤੁਸੀਂ ਕੰਮ ਕਰਦੇ ਹੋ, ਇਸ ਪੈਨਸਲ ਦੇ ਨਾਲ ਜਦੋਂ ਤੁਸੀਂ ਆਪਣਾ ਕੰਮ ਕਰਦੇ ਹੋ, ਤੇ ਪੈਨਸਲ ਜਦੋਂ ਇਸ ਸਾਈਜ਼ ਦੀ ਰਹਿ ਜਾਂਦੀ ਹੈ, ਜਦੋਂ ਪੈਨਸਲ ਇਸ ਸਾਈਜ਼ ਦੀ ਰਹਿ ਜਾਂਦੀ ਹੈ, ਜੀ ਹਾਂ, ਤਾਂ ਉਹਨੂੰ ਅਸੀਂ ਸੁੱਟ ਕੇ ਇੱਕ ਬੂਟਾ ਉਗਾ ਸਕਦੇ ਹਾਂ। ਕਿਵੇਂ? ਇਹ ਤਾਂ ਹੈ ਉਹ ਨੋਰਮਲ ਪੈਨਸਲਾਂ ਜਿਨ੍ਹਾਂ ਨੂੰ ਅਸੀਂ ਕੀ ਆ ਅਕਸਰ ਬੱਚਿਆਂ ਨੂੰ ਵੇਖਦੇ ਹਾਂ, ਬੱਚਿਆਂ ਨੂੰ ਲਿਖਦੇ ਹਾਂ, ਦੇਖਿਆ ਹੋਏਗਾ। ਪਰ ਇਹ ਜੋ ਪੈਨਸਲਾਂ ਹਨ, ਇਹਨਾਂ ਦੇ ਕੈਪ ਦੇ ਉੱਤੇ, ਇਹਨਾਂ ਦੇ ਛੋਟੇ ਜਿਹੇ ਉੱਪਰ ਜੋ ਲਾਸਟ ਤੇ ਕੈਪ ਹੈ, ਇਸ ਦੇ ਵਿੱਚ ਕੀ ਹੈ, ਬਹੁਤ ਹੀ ਜਾਦੂਈ ਖਜ਼ਾਨਾ ਹੈ। ਉਹ ਖਜ਼ਾਨਾ ਕੀ ਹੈ? ਇਹਦੇ ਅੰਦਰ ਬਹੁਤ ਸਾਰੀਆਂ ਪੈਨਸਲਾਂ ਦੇ ਅੰਦਰ ਬਹੁਤ ਛੋਟੇ ਛੋਟੇ ਬੀਜ ਹਨ। ਜੀ ਹਾਂ, ਉਹ ਬੀਜ ਧਨੀਏ ਦੇ ਹੋ ਸਕਦੇ ਹਨ, ਉਹ ਬੀਜ ਮਿਰਚਾਂ ਦੇ ਹੋ ਸਕਦੇ ਹਨ, ਉਹ ਬੀਜ ਬਹੁਤ ਹੋਰ ਅਲੱਗ ਅਲੱਗ ਸਬਜ਼ੀਆਂ ਦੇ ਹੋ ਸਕਦੇ ਹਨ, ਜਿਨ੍ਹਾਂ ਨੂੰ ਬੱਚੇ ਆਪਣੇ ਘਰ ਦੇ ਵਿੱਚ ਮਿੱਟੀ ਦੇ ਵਿੱਚ ਸੁੱਟ ਕੇ ਉੱਥੇ ਕੋਈ ਨਾ ਕੋਈ ਆਪਣਾ ਪਲਾਂਟ, ਕੋਈ ਨਾ ਕੋਈ ਪੌਦਾ ਉਹ ਉਗਾ ਸਕਦੇ ਹਨ। ਜਦੋਂ ਉਹ ਬੱਚੇ ਉਸ ਪੌਦੇ ਨੂੰ ਬਣਦਿਆਂ ਹੋਇਆ ਦੇਖਣਗੇ ਤਾਂ ਬੱਚਿਆਂ ਦੇ ਅੰਦਰ ਉਸ ਚੀਜ਼ ਦੇ ਲਈ ਬਹੁਤ ਹੀ ਉਤਸ਼ਾਹ ਮਿਲੇਗਾ। ਬੱਚਿਆਂ ਨੂੰ ਗਾਰਡਨਿੰਗ ਦੇ ਨਾਲ, ਬੱਚਿਆਂ ਨੂੰ ਇਨਵਾਇਰਮੈਂਟ ਫਰੈਂਡਲੀ ਹੋਣ ਦੇ ਨਾਲ ਬਹੁਤ ਉਤਸ਼ਾਹ ਮਿਲੇਗਾ। ਉਹਨਾਂ ਨੂੰ ਲੱਗੇਗਾ ਕਿ ਅਸੀਂ ਇਸ ਪੈਨਸਲ ਦੇ ਨਾਲ, ਅਸੀਂ ਇਸ ਛੋਟੇ ਛੋਟੇ ਜੋ ਉਹਦੇ ਅੰਦਰ ਬੀਜ ਸੀ ਉਹਨਾਂ ਦੇ ਨਾਲ ਅਸੀਂ ਬਹੁਤ ਹੀ ਵਧੀਆ ਇੱਕ ਕੰਮ ਕੀਤਾ ਹੈ। ਸੋ ਬੱਚਿਆਂ ਦੇ ਅੰਦਰ ਵੀ ਉਹ ਭਾਵਨਾ ਆਏਗੀ ਕਿ ਅਸੀਂ ਇਹ ਵਾਲਾ ਬੀਜ ਲਗਾਇਆ, ਅਸੀਂ ਆਹ ਵਾਲਾ ਬੀਜ ਲਗਾਇਆ, ਮੇਰੇ ਕੋਲ ਇਹ ਔਰੇਂਜ ਕਲਰ ਦੀ ਪੈਨਸਲ ਹੈ ਜਿਹਦੇ ਵਿੱਚ ਮੇਰੇ ਕੋਲ ਕਿਸੇ ਫਰੂਟ ਦਾ ਬੀਜ ਹੈ, ਮੇਰੇ ਕੋਲ ਇਹ ਰੈੱਡ ਪੈਨਸਲ ਹੈ ਜਿਹਦੇ ਵਿੱਚ ਮਿਰਚ ਦਾ ਬੀਜ ਹੈ, ਇਹ ਮੇਰੇ ਕੋਲ ਪੈਨਸਲ ਹੈ ਗ੍ਰੀਨ ਕਲਰ ਦੀ ਜਿਹਦੇ ਅੰਦਰ ਕਿ ਧਨੀਏ ਦਾ ਬੀਜ ਹੈ। ਸੋ ਬੱਚਿਆਂ ਨੂੰ ਉਸਦੇ ਲਈ ਬਹੁਤ ਹੀ ਉਤਸ਼ਾਹਤ ਮਿਲੇਗਾ। ਸੋ ਜ਼ਰੂਰ ਤੁਸੀਂ ਵੀ ਇਸ ਪੈਨਸਲ ਨੂੰ ਜ਼ਰੂਰ ਟਰਾਈ ਕਰਿਓ, ਬੱਚਿਆਂ ਨੂੰ ਜ਼ਰੂਰ ਇਹ ਪੈਨਸਲ ਲੈ ਕੇ ਦਿਓ। ਇਹ ਜੋ ਪੈਨਸਲਾਂ ਹਨ ਇਹ ਤੁਹਾਡੇ ਲੋਕਲ ਸਟੋਰ 'ਤੇ ਵੀ ਉਪਲਬਧ ਹਨ, ਲੋਕਲ ਸਟੋਰ 'ਤੇ ਵੀ ਅਵੇਲੇਬਲ ਹਨ। ਜੇਕਰ ਉੱਥੇ ਨਹੀਂ ਮਿਲਦੀਆਂ ਤਾਂ ਤੁਹਾਡੇ ਕੋਲ ਅੱਜ ਮੋਬਾਈਲ ਦੇ ਵਿੱਚ ਪਏ ਹੋਏ ਜੋ ਔਨਲਾਈਨ ਸ਼ੋਪਿੰਗ ਐਪ ਨੇ, ਜੀ ਹਾਂ, ਐਮਾਜ਼ੋਨ 'ਤੇ ਚਲੇ ਜਾਓ, ਉੱਥੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ। ਉੱਥੇ ਤੁਸੀਂ ਇਸ ਨੂੰ ਕਿਵੇਂ ਖਰੀਦ ਸਕਦੇ ਹੋ ਇਸ ਦਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ 'ਚ ਦੇ ਦਾਂਗਾ। ਜੇਕਰ ਨਹੀਂ ਤਾਂ ਤੁਸੀਂ ਉੱਥੇ ਕਿਵੇਂ ਲਿਖ ਸਕਦੇ ਹੋ, ਤੁਸੀਂ ਉੱਥੇ ਦੇਖਣਾ ਹੈ ਸੀਡਸ ਪੈਨਸਲ, ਜੀ ਹਾਂ, SEEDS ਸੀਡਸ ਪੈਨਸਿਲ। ਸੀਡਸ ਪੈਨਸਿਲ ਦੇ ਨਾਲ ਤੁਹਾਡੇ ਕੋਲ ਉਹ ਸਾਰੀਆਂ ਪੈਨਸਲਾਂ ਦੇ ਸਰਚ ਕਰਨ ਦੇ ਨਾਲ ਉਹ ਪ੍ਰੋਡਕਟ ਆ ਜਾਣਗੇ ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਈਜ਼ੀਲੀ ਬਾਏ ਕਰ ਸਕਦੇ ਹੋ, ਅਤੇ ਬੱਚਿਆਂ ਦੇ ਲਈ ਉਹ ਬਹੁਤ ਵਧੀਆ ਇੱਕ ਤੋਹਫ਼ਾ ਵੀ ਹੋ ਸਕਦਾ ਹੈ। ਤੁਸੀਂ ਬਰਥਡੇ ਦੇ ਉੱਤੇ ਬੱਚਿਆਂ ਨੂੰ ਕੋਈ ਰਿਟਰਨ ਗਿਫਟ ਕਰਦੇ ਹੋ, ਰਿਟਰਨ ਗਿਫਟ ਵਿੱਚ ਅਸੀਂ ਕੀ ਕਰਦੇ ਹਾਂ, ਅਕਸਰ ਪੈਨਸਲਾਂ, ਸ਼ਾਰਪਨਰ ਜਾਂ ਚਿਪਸ ਵਗੈਰਾ ਜਾਂ ਬਿਸਕਿਟ ਵਗੈਰਾ ਅਸੀਂ ਦਿੰਦੇ ਹਾਂ। ਪਰ ਇਹ ਜੋ ਪੈਨਸਲਾਂ ਨੇ ਇਹ ਬੱਚਿਆਂ ਦੇ ਲਈ ਬਹੁਤ ਹੀ ਖਾਸ ਹੋ ਸਕਦੀਆਂ ਨੇ। ਸੋ ਤੁਹਾਡਾ ਇੱਕ ਛੋਟਾ ਜਿਹਾ ਇਹ ਉਪਰਾਲਾ ਬੱਚਿਆਂ ਨੂੰ ਗਾਰਡਨਿੰਗ ਵਾਲੇ ਪਾਸੇ, ਬੱਚਿਆਂ ਨੂੰ ਐਨਵਾਇਰਮੈਂਟ ਸੇਫ ਵਾਲੇ ਪਾਸੇ, ਬੱਚਿਆਂ ਨੂੰ ਈਕੋ ਫਰੈਂਡਲੀ ਬਣਾਉਣ ਵਾਲੇ ਪਾਸੇ ਬਹੁਤ ਹੀ ਉਤਸ਼ਾਹਿਤ ਕਰੇਗਾ। ਸੋ ਪਲੀਜ਼
ਤੁਸੀਂ ਇਸ ਵੀਡੀਓ ਨੂੰ ਜੇਕਰ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਇਸ ਦੇ ਉੱਤੇ ਬਹੁਤ ਸਾਰੀਆਂ ਐਸੀਆਂ ਇਨਫੋਰਮੇਟਿਵ ਵੀਡੀਓ ਜੋ ਪਲਾਂਟਸ ਦੇ ਰਿਗਾਰਡਿੰਗ ਹੈ ਉਹ ਤੁਹਾਨੂੰ ਮਿਲਦੀਆਂ ਹੀ ਰਹਿਣਗੀਆਂ। ਸੋ ਤੁਸੀਂ ਵੀ ਜਾ ਕੇ ਇਹਨਾਂ ਪੈਨਸਲਸ ਨੂੰ ਖਰੀਦੋ ਅਤੇ ਆਪਣੇ ਬੱਚਿਆਂ ਦੇ ਵਿੱਚ ਜ਼ਰੂਰ ਵੰਡੋ। ਧੰਨਵਾਦ।